ਜ਼ਿਲ੍ਹਾ ਜਲੰਧਰ ਦਿਹਾਤੀ ਥਾਣਾ ਫਿਲੌਰ ਦੀ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਉੱਚੀ ਘਾਟੀ ਰੇਲ ਪਰ ਮਾਰ ਕੇ 5,35,000 ਰੁਪਏ ਦਾ ਦਾਅਵਾ ਕੀਤਾ। ਜਿਸ ਦੀ ਜਾਣਕਾਰੀ ਦਿੰਦੇ ਹੋਏ DSP ਫਿਲੌਰ ਹਨੀਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ 5,35,000 ਬਰਾਮਦ ਕੀਤਾ ਗਿਆ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਕੈਮਰਾ ਡੈਂਪਨ ਅਜੇ ਸਿੰਘ ਨਾਗੀ ਦੀ ਫਿਲੌਰ ਤੋਂ ਵਿਸ਼ੇਸ਼ ਰਿਪੋਰਟ। ਸਾਰਾ ਮਾਮਲਾ ਤੁਹਾਡੇ ਘਰ ਜਿਹੜੀ ਪੁਲਿਸ ਰੇਡ ਹੋਈ ਆ ਉਹ ਪਤਾ ਨੀ ਮੁੰਡੇ ਮੁੰਡੇ ਵੀ ਲੜ ਕੇ ਬਾਹਰ ਲਿਆਏ ਆ ਤੇ ਨਾ BA ਦਾ ਪਾਉਂਦੇ ਆ ਪੈਸੇ ਸੀ ਵਿੱਚ ਕਾਗਜ਼ ਪੱਤਰ ਸਾਰੇ ਬੈਗ ਨੀ ਸਾਰੇ ਚਾਰ ਜੋੜ ਮੇਰੇ ਸੀ ਕਹਿੰਦੇ ਸੀ ਸੋਨੇ ਦਾ ਬਿੱਲ ਵੀ ਸਾਡੇ ਤੋਂ ਹੈਗਾ ਤੁਸੀਂ ਖਰੀਦਿਆ ਹੋਇਆ ਸੀ ਅਚੀਤਾ ਮੇਰੇ ਕੋਲ ਸਾਰਾ ਕੁਝ ਪਿਆ ਵਾ ਠੀਕ ਆ ਆਪਣੇ ਦਾ ਸੁਨਹਿਰਾ ਜਿਹੜਾ ਮੈਂ ਬਣਵਾਇਆ ਵਾ ਮੇਰੇ ਵਿਆਹ ਦੀਆਂ ਵਾ ਠੀਕ ਆ ਆਪਣਾ ਸਮਾਨ ਛੱਡ ਕੇ ਉਹਨਾਂ ਦੀ ਗੱਡੀ ਵੀ ਪੁਲਿਸ ਫੜ ਕੇ ਲੈ ਗਈ ਹੁਣ ਤੁਹਾਡੇ ਕੋਲੋਂ ਫੜ ਕੇ ਕਿਹਨੂੰ ਲਗਾਏ ਆ ਸਾਡੇ ਫਲੋਰ ਦੇ SHO ਬਰਮਿੰਦਰ ਜੀ ਨੇ ਰੇਡ ਕੀਤਾ ਸੀ ਵਿਜੇ ਦੇ ਘਰ ਜਿੱਥੇ ਉਹਦੇ ਬੈਗ ਜਿਹੜੇ ਹੈਗੇ ਆ ਉਹ ਮਿਲੇ ਜਿਹਦੇ ਵਿੱਚ ਕਰੀਬ 5,35,230 ਰੁਪਏ ਆ ਅਤੇ ਵਿੱਚ ਜਿਹੜੇ ਹੈਗੇ ਆ ਕਿਤਾਬਾਂ ਬਹੀ ਖਾਤਿਆਂ ਦੀਆਂ ਕਿਤਾਬਾਂ ਆ ਅਤੇ ਵਿੱਚ ਕੱਪੜੇ ਮਿਲੇ ਆ ਜਿਨ੍ਹਾਂ ਦੇ ਬਾਰੇ ਜਿਹੜੀ ਹੈਗੀ ਆ ਤਫਤੀਸ਼ ਚੱਲ ਰਹੀ ਆ ਅਤੇ ਇਨਕਮ ਟੈਕਸ ਵਾਲੇ ਵਿਭਾਗ ਦੇ ਜਿਹੜੇ ਕਰਮਚਾਰੀ ਉਹਨਾਂ ਨੂੰ ਵੀ ਬੁਲਾਇਆ ਗਿਆ ਉਹਨਾਂ ਦੇ ਆਉਣ ਤੋਂ ਬਾਅਦ ਜਿਹੜੀ ਹੈਗੀ ਆ ਉਹ ਕਾਰਵਾਈ ਕੀਤੀ ਗਈ। ਸਰ ਇਸ ਤੋਂ ਇਲਾਵਾ ਕੋਈ ਹਥਿਆਰ ਵੀ ਮਿਲੇ ਗੋਲਡ ਵਗੈਰਾ? ਕੋਈ ਗੋਲਡ ਨਹੀਂ ਮਿਲਿਆ, ਕੋਈ ਕੁਛ ਨਹੀਂ ਮਿਲਿਆ। 5,35,230 ਰੁਪਈਏ ਅਤੇ ਕਿਤਾਬਾਂ ਗਈਆਂ ਅਤੇ ਕੱਪੜੇ। ਸਰ ਕਿਹੜੀ ਬੇਸ 'ਤੇ 35,000 ਨੂੰ ਬਰੀਫ ਕਰਨ ਲਈ ਇੰਨਾ ਟਾਈਮ ਲੱਗਿਆ? ਉਹਨੇ ਹੁਣ ਦੇਖੋ ਪਤਾ ਕੀ ਆ, ਆਪਾਂ ਆਪਣੇ ਸੀਨੀਅਰ ਅਫਸਰ ਦੇ ਨੋਟਿਸ ਲਿਆ ਕੇ ਗਾਂਹ ਦੱਸ ਕੇ ਫਿਰ ਉਹਨਾਂ ਨੂੰ ਗਿਣਨਾ ਵੀ ਸੀਗਾ ਅਤੇ ਨਵੈਂਟਰੀ ਉਹਦੀ ਜਿਹੜੀ ਹੈਗੀ ਅਸਲ ਸੌਂ ਨੂੰ ਬਣਾਈ। ਸਰ 5,00,000 ਜਿਹੜਾ ਬਰਾਮਦ ਹੋਇਆ ਕਿਹੜੇ ਬੇਸ 'ਤੇ ਹੋਇਆ, ਕਿੱਥੋਂ ਇਹਨਾਂ ਨੇ ਲਿਆਂਦਾ, ਕਿੱਦਾਂ ਬਾਰੇ ਜਿਹੜਾ ਹੈਗਾ ਉਹ ਤਫਤੀਸ਼ ਚੱਲ ਰਹੀ? ਸਰ ਜਿਹੜੇ ਬਹੀ ਖਾਤੇ ਆ ਉਹ ਕਿਸੇ ਇੱਦਾਂ ਦੁਕਾਨਦਾਰ ਦੇ ਆ ਜੀ ਜਿਹਦੇ ਘਰੋਂ ਮਿਲੇ? ਇਹਦੇ ਬਾਰੇ ਤਫਤੀਸ਼ ਚੱਲਦੀ ਹੈ, ਪੂਰਾ ਬਰੀਫ ਕਰਾਂਗਾ ਸਾਰੇ ਬਾਰੇ। ਸਰ ਕਿੰਨੇ ਕਾਬੂ ਕੀਤੇ ਗਏ? ਕਿੰਨੀਆਂ ਆਈਆਂ ਸਰ ਇਹ ਕੱਲ੍ਹ ਜਿਹੜੀਆਂ 2 ਗੱਡੀਆਂ ਜਿਹੜੀਆਂ ਸੀਗੀਆਂ ਇਹ? ਸਰ ਕਿੰਨੇ ਕਾਬੂ ਕੀਤੇ ਹੁਣ ਤੱਕ? ਹੁਣ ਤੱਕ ਕੋਈ ਕਾਬੂ ਨਹੀਂ। ਇੱਕ ਲੇਡੀਜ਼ ਕੋ ਕੀਤੀ ਹੋਈ ਆ? ਨਹੀਂ। ਸਰ ਇਸ ਕੇਸ ਦਾ ਉਹਦੇ ਨਾਲ ਕੋਈ ਤਾਲੁਕ ਆ? ਜਿਹੜੇ 2 ਗੱਡੀਆਂ ਕੱਲ੍ਹ ਬਰਾਮਦ ਕੀਤੀਆਂ ਅੱਜ ਵਾਲੇ ਰਿਕਵਰੀ ਦਾ ਉਹਦੇ ਨਾਲ ਕੋਈ ਤਾਲਮੇਲ ਆਪਸ 'ਚ? ਇਹ ਤਫਤੀਸ਼ ਚੱਲਦੀ ਆ, ਦੇਖਦੇ ਉਹਦੇ ਨਾਲ ਕੀ ਹੈਗਾ ਜੋ ਵੀ ਆ। ਮੋਟਰਸਾਈਕਲ ਸਕੂਟਰ ਵੀ 2 ਖੜੇ ਆ ਜੀ, ਉਹ ਵੀ ਉਹਦੇ ਘਰੇ ਬਰਾਮਦ ਹੋਏ? ਨਹੀਂ, ਅੱਜ ਇਹ ਜਿਹੜੀ ਚੀਜ਼ ਬਰਾਮਦ ਹੋਈ ਇਹੀ ਹੋਇਆ ਹੋਏ ਆ। ਕੱਲ੍ਹ ਦੀ ਜਿਹੜੀ ਰਿਕਵਰੀ ਸੀ ਉਹ ਪਹਿਲਾਂ ਮੁਕੱਦਮੇ ਦੇ ਵਿੱਚ।
ਇਸਦੇ ਵਿੱਚ ਕਿੰਨੇ ਜਣੇ ਗ੍ਰਿਫਤਾਰ ਹੈ ਸਰ? ਕੋਈ ਨਹੀਂ ਗ੍ਰਿਫਤਾਰ ਸਰ। ਕੋਈ ਨਸ਼ੀਲਾ ਪਦਾਰਥ ਵੀ? ਨਹੀਂ ਨਹੀਂ ਕੋਈ ਨਹੀਂ।